ਦੋਸਤੋ ਇੱਕ ਨਾ ਲਾਈਨ ਮੇਰੇ ਦਿਮਾਗ ਚ ਆਉਂਦੀ ਆ ਉਹ ਲਾਈਨ ਜਿਸ ਲਾਈਨ ਤੇ ਪਤਾ ਨਹੀਂ ਕਿੰਨੀ ਹੈ ਕਿਰੀਲਾ ਬਣੀਆਂ ਨੇ ਕਿੰਨੇ ਆ ਕਿਦੇ ਬੁੱਲਾ ਤੇ ਉਹ ਲਾਈਨ ਚੜੀ ਹੋਈ ਸੀ ਜਦੋਂ ਉਹ ਲਾਈਨ ਅਸੀਂ ਸੁਣਦੇ ਆ ਤਾਂ ਹਰ ਇੱਕ ਬੰਦਾ ਇੱਕ ਦੂਜੇ ਨੂੰ ਕਹਿੰਦਾ ਉਹ ਅੰਨੀ ਦਿਆ ਮਜ਼ਾਕ ਸੋ ਤੁਸੀਂ ਕਹੋਗੇ ਵੀ ਇਹ ਇਹ ਕੀ ਮੈਂ ਤੁਹਾਨੂੰ ਮਜ਼ਾਕ ਕਰ ਰਿਹਾ ਮਜ਼ਾਕ ਨਹੀਂ ਕਰ ਰਿਹਾ ਸੋ ਉਸ ਮੈਂ ਤੁਹਾਨੂੰ ਇੱਕ ਸੱਚੀ ਸਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਇੱਕ ਫਿਲਮ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਅੰਨੀ ਦਿਆ ਮਜ਼ਾਕ ਹੈ ਸੋ ਜੇ ਇਹ ਲਾਈਨ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਲਾਈਨ ਦੇ ਕਲਾਕਾਰ ਵੀ ਇਸ ਫਿਲਮ ਦੇ ਵਿੱਚੋਂ ਜ਼ਰੂਰ ਹੋਣਗੇ ਸੋ ਅਸੀਂ ਹੋਰ ਕਲਾਕਾਰਾਂ ਦੇ ਬਾਰੇ ਵੀ ਜ਼ਰੂਰ ਝਾਤ ਪਾਵਾਂਗੇ ਕਿ ਇਸ ਫਿਲਮ ਦੇ ਨਾਲ ਕਿਹੜੇ-ਕਿਹੜੇ ਕਲਾਕਾਰ ਜੁੜੇ ਨੇ ਸੋ ਦੋਸਤੋ ਇਸ ਫਿਲਮ ਦੀ ਅਹਿਮ ਭੂਮਿਕਾ ਨਿਭਾਉਣ ਨਜ਼ਰ ਆ ਰਹੇ ਨੇ ਉਹ ਮੁਟਿਆਰ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਪੰਜਾਬੀ 뮤직 ਤੋਂ ਕੀਤੀ ਔਰ ਕਮਾਲ ਦੇ ਉਹਨਾਂ ਨੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਔਰ ਬੜੀ ਖੂਬਸੂਰਤ ਉਹਨਾਂ ਦੀ ਆਵਾਜ਼ ਆ ਜਿੰਨੀ ਖੂਬਸੂਰਤ ਉਹਨਾਂ ਦੀ ਆਵਾਜ਼ ਆ ਉਨੀ ਹੀ ਖੂਬਸੂਰਤ ਉਹ ਆਪ ਨੇ ਸੋ ਉਨੀ ਹੀ ਖੂਬਸੂਰਤ ਉਹਨਾਂ ਦੀ ਅਦਾਕਾਰੀ ਹੋਏਗੀ ਸੋ ਇਹ ਅਦਾਕਾਰੀ ਆਪਾਂ ਵੇਖ ਕੇ ਆਪ ਨੂੰ ਅਨੁਮਾਨ ਹੋ ਜਾਣਾ ਕਿ ਅਦਾਕਾਰੀ ਕਿਹੋ ਜਿਹੀ ਹੋਏਗੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਨਾਂ ਉਹਨਾਂ ਦਾ ਜ਼ਰੂਰ ਸਾਂਝਾ ਕਰਾਂਗੇ ਉਹਨਾਂ ਦਾ ਨਾਮ ਹੈ ਜੀ ਪਰੀ ਪੰਦੇਤ ਸੋ ਦੋਸਤੋ ਉਹਨਾਂ ਨੇ ਆਪਣੀ ਹਾਜ਼ਰੀ ਕਹਿ ਸਕਦੇ ਆ ਕਿ ਇੱਕ 뮤직 ਦੇ ਨਾਲ ਇੱਕ ਸਿੰਗਰ ਵਜੋਂ ਉਹਨਾਂ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਹਾਜ਼ਰੀ ਲਵਾਈ ਕਮਾਲ ਦੇ ਉਹਨਾਂ ਦੇ ਗੀਤ ਬੰਟੀ ਵੈਸੁਰਾਂ ਦੇ ਨਾਲ ਉਹਨਾਂ ਦੇ ਕਮਾਲ ਦੇ ਗੀਤ ਆ ਉਹਨਾਂ ਦੀ ਕਲਮ ਦੇ ਦੁਆਰਾ ਲਿਖੇ ਗਏ ਜਿੱਦਾਂ ਕਿ ਕਹ ਜੀਏ ਕਿ ਦਿਲ ਤੇ ਸ਼ੀਸ਼ਾ ਹੰਣ ਨੇ ਬਹੁਤ ਸਾਰੇ ਸੁਪਰ ਡੂਪਰ ਹਿੱਟ ਗੀਤਾਂ ਨੂੰ ਉਹਨਾਂ ਨੇ ਆਵਾਜ਼ ਦਿੱਤੀ ਸੋ ਫੈਲੀ ਹੁਣ ਔਰ ਸ਼ੁਰੂਆਤ ਵੀ ਕਮਾਲ ਦੀ ਹੋਣ ਜਾ ਰਹੀ ਆ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਕਿ ਅਸੀਂ ਜੇ ਪੰਜਾਬੀ ਫਿਲਮਾਂ ਦੇ ਵਿੱਚ ਸਾਡੀ ਸਮੂਲੀਅਤ ਹੋਵੇ ਕਿ ਸਾਡੇ ਨਾਲ ਵੱਡੀ ਸਟਾਰ ਕਾਸਟ ਜੁੜੇ ਸੋ ਬਿਲਕੁਲ ਜੀ ਇਹ ਉਹਨਾਂ ਦਾ ਸੁਪਨਾ ਜਿਹੜਾ ਉਹ ਜ਼ਰੂਰ ਪੂਰਾ ਹੋ ਗਿਆ ਕਿਉਂਕਿ ਉਹ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਜੀ ਐਮੀ ਵਿਰਕ ਬਿਲਕੁਲ ਤੁਸੀਂ ਸਹੀ ਸੁਣਿਆ ਕਿ ਐਮੀ ਵਿਰਕ ਤੇ ਪਰੀ ਪੰਦੇਰ ਦੀ ਆਉਣ ਵਾਲੀ ਫਿਲਮ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜੀ ਫਿਲਮ ਦਾ ਨਾਮ ਅੰਨੀ ਦਿਆ ਮਜ਼ਾਕ ਆ ਸੋ ਦੋਸਤੋ ਇਹ ਮਜ਼ਾਕ 7 ਅਪ੍ਰੈਲ 2023 ਨੂੰ ਰਿਲੀਜ਼ ਹੋਏਗਾ ਵੈਸੇ ਵੀ ਕਿਹਾ ਜਾਂਦਾ ਨਾ ਕਿ ਅਪ੍ਰੈਲ ਜਿਹੜਾ ਉਹ ਵੈਸੇ ਵੀ ਮਖੌਲ ਦਾ ਮਹੀਨਾ ਹੁੰਦਾ ਅਪ੍ਰੈਲ ਫੂਲ ਮਨਾਇਆ ਜਾਂਦਾ ਪਰ ਇਹ ਥੋੜਾ ਜਿਹਾ ਅੱਗੇ ਜਾ ਕੇ ਜਾਨੀ ਇਹ 7 ਤਰੀਕ ਨੂੰ ਰਿਲੀਜ਼ ਹੋਏਗਾ 7 ਅਪ੍ਰੈਲ 2023 ਨੂੰ ਇਹ ਫਿਲਮ ਰਿਲੀਜ਼ ਹੋਏਗੀ ਸੋ ਦੋਸਤੋ ਜਿਸ ਤਰੀਕੇ ਜਦੋਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਜਿੰਨਾਂ ਦੀ ਇਹ ਲਾਈਨ ਆ ਉਹ ਕਲਾਕਾਰ ਵੀ ਇਸ ਦੇ ਵਿੱਚ ਜ਼ਰੂਰ ਹੋਣਗੇ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਨਾਸਰ ਚਨੇਉਟੀ ਜੀ ਉਸ ਉਹ ਵੀ ਸਾਨੂੰ ਉਹਨਾਂ ਦੀ ਵੀ ਭੂਮਿਕਾ ਬਹੁਤ ਖਾਸ ਉਹਨਾਂ ਦੀ ਇਸ ਫਿਲਮ ਦੇ ਵਿੱਚ ਲੱਗੇਗੀ ਕਹਾਣੀ ਬਹੁਤ ਕਮਾਲ ਦੀ ਹੋਏਗੀ ਕਹਾਣੀ ਕਿਉਂ ਕਮਾਲ ਦੀ ਹੋਏਗੀ ਕਿਉਂਕਿ ਕਹਾਣੀ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਲਿਖਿਆ ਹੈ ਜੀ ਰਾਕੇਸ਼ ਧਵਨਹੋਰਾ ਨੇ ਸੋ ਕਹਿ ਸਕਦੇ ਆ ਕਿ ਜਦੋਂ ਰਕੇਸ਼ ਧਵਨਹੋਰਾ ਦਾ ਜ਼ਿਕਰ ਆਉਂਦਾ ਤਾਂ ਕਮੇਡੀ ਉਹਨਾਂ ਦੇ ਆਪ ਮੁਹਾਰੀ ਸਾਡੇ ਕਹਿ ਸਕਦੇ ਆ ਕਿ ਸਾਨੂੰ ਜ਼ਰੂਰ ਉਹਨਾਂ ਦੀ ਕਹਾਣੀ ਦੇ ਵਿੱਚ ਕਮੇਡੀ ਹੁੰਦੀ ਔਰ ਕਮੇਡੀ ਇਸ ਤਰੀਕੇ ਦੀ ਹੁੰਦੀ ਆ ਕਿ ਸਾਨੂੰ ਕਹਾਣੀ ਦੇ ਨਾਲ ਜੁੜੇ ਵੀ ਰਹਿੰਦੇ ਆ ਅਸੀਂ ਕਹਾਣੀ ਤੋਂ ਪਰਾਂ ਨਹੀਂ ਹੁੰਦੇ ਇਰਤੇ ਕਿਰਤੇ ਸਾਡੇ ਨਾਲ ਕਹਾਣੀ ਦੇ ਨਾਲ ਜੁੜੀ ਤਾਲਮੇਲ ਖਾਂਦੀ ਹੋਈ ਉਹਨਾਂ ਦੀ ਕਮੇਡੀ ਹੁੰਦੀ ਹੈ ਉਹਨਾਂ ਦੇ ਪੰਚਾਂ ਦੇ ਵਿੱਚ ਉਹਨਾਂ ਦੇ ਸ਼ਬਦਾਂ ਦੇ ਵਿੱਚ ਇੰਨਾ ਕ ਵਜਨ ਹੁੰਦਾ ਕਿ ਅਸੀਂ ਆਪ ਮਹਾਰੇ ਆਪਣੀਆਂ ਸੀਟਾਂ ਤੋਂ ਖੜੇ ਹੋ ਕੇ ਤਾੜੀਆਂ ਮਾਰਦੇ ਹਾਂ ਸਿੱਟੀਆਂ ਮਾਰਦੇ ਹਾਂ ਕਿਉਂਕਿ ਕਮਾਲ ਦੀ ਉਹਨਾਂ ਦੀ ਲਿਖਤ ਹੁੰਦੀ ਆ ਸੋ ਦੋਸਤੋ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਪ੍ਰੈਜ਼ੈਂਟ ਕੀਤਾ ਜਾਣਾ ਪੰਜ ਪਾਣੀ ਫਿਲਮ ਦੇ ਵੱਲੋਂ ਇਸ ਵੱਲੋਂ ਨੂੰ ਪ੍ਰੈਜ਼ੈਂਟ ਕੀਤਾ ਜਾਣਾ ਯਾਨੀ ਫਿਲਮ ਦੇ ਪ੍ਰੋਡਿਊਸਰ ਹੋਣਗੇ ਬਾਈ ਗੁਰਪ੍ਰੀਤ ਸਿੰਘ ਹੋਰ ਆਣੇ ਜਿਨ੍ਹਾਂ ਨੇ ਕਿ ਸੁਪਨਾ ਫਿਲਮ ਨੂੰ ਪ੍ਰੋਡਿਊਸ ਕੀਤਾ ਸੀਗਾ ਕਿ ਉਹਨਾਂ ਦਾ ਇਹ ਨੈਕਸਟ ਪ੍ਰੋਜੈਕਟ ਆ ਜਿਹੜਾ ਉਹ ਵੀ ਪੰਜਾਬੀ ਟੈਸ਼ਨ ਦੇ ਵੱਲੋਂ ਸਭ ਤੋਂ ਪਹਿਲਾਂ ਕਿ ਪੂਰੀ ਟੀਮ ਨੂੰ ਅਸੀਂ ਵਧਾਈਆਂ ਦੇਵਾਂਗੇ ਉੱਥੇ ਹੀ ਅਸੀਂ ਵਧਾਈਆਂ ਦੇਵਾਂਗੇ ਪੰਜ ਪਾਣੀ ਨੂੰ ਤੇ ਨਾਲ ਹੀ ਬਾਈ ਗੁਰਪ੍ਰੀਤ ਹੋਰਾਂ ਨੂੰ ਸੋ ਬਹੁਤ ਹੀ ਮੁਬਾਰਕਬਾਦ ਸੋ ਐਮਬੀ ਬਾਈ ਹੋਰਾਂ ਨਾਲ ਜੀ ਆਪਾਂ ਦੇਖਦੇ ਆ ਕਿ ਉਹਨਾਂ ਦੀਆਂ ਕਾਫੀ ਫਿਲਮਾਂ ਉਹਨਾਂ ਦੀਆਂ ਰਿਲੀਜ਼ ਹੁੰਦੀਆਂ ਨੇ ਸੋ ਉਹਨਾਂ ਦੀ ਅਦਾਕਾਰੀ ਵਰਤੋਂ ਕੋਈ ਸ਼ੱਕ ਹੈ ਨਹੀਂ ਉਹਨਾਂ ਦੀ ਤਾਂ ਬਾ ਕਮਾਲ ਅਦਾਕਾਰੀ ਹੈ ਉੱਥੇ ਹੀ ਅਸੀਂ ਮੁਬਾਰਕਬਾਦ ਜ਼ਰੂਰ ਦੇਵਾਂਗੇ ਪਰੀ ਪੰਦੇਰ ਹੋਰਾਂ ਨੂੰ ਕਿ ਉਹਨਾਂ ਦੀ ਪਹਿਲੀ ਫਿਲਮ ਆ ਗਈ ਡੈਬਿਊ ਕਰਨ ਜਾ ਰਹੇ ਨੇ ਕਿ ਔਰ ਕਮਾਲ ਦਾ ਡੈਬਿਊ ਹੋਊਗੀ ਕਮਾਲ ਦੀ ਸਟਾਰ ਕਾਸਟ ਦੇ ਨਾਲ ਜਿਹੜੀ ਉਹਨਾਂ ਦੀ ਸਮੂਲੀਅਤ ਆ ਜਿਹੜੀ ਇਸ ਫਿਲਮ ਦੇ ਵਿੱਚ ਹੋਏਗੀ ਸੋ ਦੋਸਤੋ ਕਹਾਣੀ ਜਿੱਦਾਂ ਕਿ ਮੈਂ ਦੱਸਿਆ ਕਿ ਕਹਾਣੀ ਤਾਂ ਕਮਾਲ ਦੀ ਹੋਏਗੀ ਹੋਏਗੀ ਪਰ ਸਬਜੈਕਟ ਹਲੇ ਸਾਨੂੰ ਕਹਾਣੀ ਦਾ ਥੋੜਾ ਜਿਹਾ ਅੰਦਾਜ਼ਾ ਸਾਨੂੰ ਜ਼ਰੂਰ ਹੋ ਗਿਆ ਕਿ ਜਿਸ ਤਰੀਕੇ ਦੇ ਨਾਲ ਫਿਲਮ ਦਾ ਨਾਮ ਹੈ ਫਿਲਮ ਇੱਕ ਕਮੇਡੀ ਐਂਗਲ ਤੇ ਦਰਸ਼ਾਈ ਜਾਏਗੀ ਔਰ ਅੱਗੇ-ਅੱਗੇ ਫਿਲਮ ਦੇ ਵਿੱਚ ਕੀ ਕੁਝ ਹੋਏਗਾ ਇਹ ਸਾਨੂੰ ਪਤਾ ਉਦੋਂ ਲੱਗੇਗਾ ਕਿ ਜਦੋਂ ਫਿਲਮ ਦੀ ਕੋਈ ਫਸਟ ਲੁੱਕ ਸਾਡੇ ਸਾਹਮਣੇ ਆਏਗੀ ਫਿਲਮ ਦਾ ਕੋਈ ਟੀਜ਼ਰ ਸਾਡੇ ਸਾਹਮਣੇ ਆਏਗੀ ਫਰ ਮੈਂ ਫਹਿਲੀ ਦੱਸ ਦਿੰਦਾ ਕਿ ਫਿਲਮ ਦਾ ਜਿਹੜਾ ਸ਼ੂਟ ਆ ਉਹ ਸਟਾਰਟ ਹੋ ਚੁੱਕਿਆ ਹੈ ਜੀ ਫਿਲਮ ਇਹ ਫਿਲਮ ਦਾ ਜਿਹੜਾ ਸ਼ ਇੰਗਲੈਂਡ ਦੇ ਵਿੱਚ ਸ਼ੂਟ ਹੋਏਗਾ ਸੋ ਹੱਲੇ ਇਹ ਸਾਡਾ ਅਨੁਮਾਨ ਆ ਹੋ ਸਕਦਾ ਫਿਲਮ ਦਾ ਕੁਝ ਹਿੱਸਾ ਇੱਧਰ ਵੀ ਸ਼ੂਟ ਹੋਵੇ ਪਰ ਸਾਨੂੰ ਕੁਝ ਇਹ ਅਨੁਮਾਨ ਹੈਗਾ ਕਿ ਫਿਲਮ ਦਾ ਕੁਝ ਹਿੱਸਾ ਜਿਹੜਾ ਉਹ ਇੰਗਲੈਂਡ ਦੇ ਵਿੱਚ ਹੀ ਫਿਲਮਾਇਆ ਜਾਣਾਗਾ ਸੋ ਫਿਲਮ ਦੀ ਜਿਹੜੀ ਰਿਲੀਜ਼ਿੰਗ ਡੇਟਾ ਉਹ ਸਾਨੂੰ ਕਲੀਅਰ ਹੋਈ ਜਗੀ ਸਾਡੇ ਜਹਤ ਸੋ ਪੱਕੀ ਘਰ ਕਰ ਗਈ ਆ ਕਿ 7 ਅਪ੍ਰੈਲ 2023 ਨੂੰ ਫਿਲਮ ਨੇ ਰਿਲੀਜ਼ ਹੋਣਾ ਸੋ ਬਹੁਤ ਬੇਸਬਰੀ ਦੇ ਨਾਲ ਸਾਨੂੰ ਉਡੀਕ ਰਹੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਫਿਲਮ ਦੀ ਸਟਾਰ ਕਾਸਟ ਆ ਜਿਸ ਤਰੀਕੇ ਦੇ ਨਾਲ ਫਿਲਮ ਦਾ ਨਾਮ ਆ ਤੇ ਸਾਨੂੰ ਐਕਸਾਈਟਮੈਂਟ ਤਾਂ ਹੋਣੀ ਵੀ ਬਣਦੀ ਆ